ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਪੂਰੇ ਪੰਜਾਬੀਆਂ ਦਾ ਕਿੱਦਾਂ ਫਿਰ ਸਹੀ ਆ ਠੀਕ ਠਾਕ ਅੱਛਾ ਭਾਈ ਕਾਸਮ ਜੱਡੀ ਮਰਜੀ ਕੋਈ ਬੰਦਾ ਪਾ ਲਵੇ ਸ਼ਰਾਬ ਦੀ ਹਨਾ ਆਖਰ ਟੁੱਟੇ ਹੀ ਜਾਂਦੀ ਆ ਕੋਈ ਮਹੀਨੇ ਲਈ ਕੋਈ ਸਾਲ ਲਈ ਪੌਂਦਾ ਆ ਫਿਰ ਪੈਗ ਨਾਲ ਪੈਗ ਪੜਾ ਕੇ ਕਾਸਮ ਕਹਿੰਦੇ ਚਲੋ ਤੋੜ ਹੀ ਲੈਨੇ ਆ ਇਹ ਟੁੱਟਣੀ ਟੁੱਟਣੀ ਹੁੰਦੀ ਆ ਠੀਕ ਹੈ ਨਾ ਏਦਾਂ ਭਗਵਾਨਤਮਾਨ ਸਾਹਿਬ ਨੇ ਵੀ ਕਾਸਮ ਪਾਈਓ ਸੀ ਕਿ ਕਹਿੰਦੇ ਸ਼ਰਾਬ ਦੀ ਵੀ ਪੀਣੀ ਨਹੀਂ ਹੈਗੀ ਇੱਧਰ ਜਰਮਨੀ ਆਏ ਆ ਲੁਫਟਾਂਸਾ ਇਹ ਲੈਂਦੇ ਬਈ ਤੇ ਫੋਲ ਕਹਿੰਦੇ ਟੱਲੀ ਹੋ ਗਿਆ ਤੇ ਇਹਨਾਂ ਨੂੰ ਜਹਾਜ਼ ਦੇ ਵਿੱਚੋਂ ਉਤਾਰ ਦਿੱਤਾ ਤੇ ਸਾਡੇ ਜਿਹੜੇ ਆ ਲੁਫਟਾਂਸਾ ਦੇ ਪਾਇਲਟ ਜਦੋਂ ਬਣਦੇ ਨੇ ਜੇ ਦੁਨੀਆ ਦਾ ਕੋਈ ਹੋਰ ਏਅਰਲਾਈਨ ਦਾ ਪਾਇਲਟ ਬਣਦਾ ਕੋਈ 15 ਕਰੋੜ ਰੁਪਈਆ ਖਰਚਦੇ ਆ ਉਹਦੇ ਉੱਤੇ ਤੇ ਸਾਡੇ ਲੁਫਟਾਂਸਾ ਵਾਲੇ ਮੰਨ ਲਓ 80 ਕਰੋੜ ਰੁਪਈਆ ਲਾਉਂਦੇ ਨੇ ਤੇ ਤਾਂ ਜਾ ਕੇ ਪਾਇਲਟ ਜਿਹੜਾ ਉਹਨੂੰ ਬਣਾਇਆ ਜਾਂਦਾ ਤੇ ਫੁੱਲ ਟ੍ਰੇਨਿੰਗ ਦਿੰਦੇ ਇਹਨੂੰ ਕਿ ਦੁਨੀਆ ਦੀ ਨੰਬਰ 1 ਏਅਰਲਾਈਨਸ ਆ ਤੇ ਇਸ ਕਰਕੇ ਉਹਨਾਂ ਨੇ ਇਹਨੂੰ ਪੈਸਾ ਕਰਨ ਲਿਆ ਦੂਜੇ ਤਰ੍ਹਾਂ ਦੇ ਫੇਰਦੇ ਨੂੰ ਵੀ ਤੂੰ ਲਾਣ ਜਿਆਦਾ ਪੀ ਲਈ ਆ ਤੇ ਇਸ ਕਰਕੇ ਤੈਨੂੰ ਅਸੀਂ ਲਿਜਾ ਨਹੀਂ ਸਕਦੇ ਹੈਗੇ ਖਬਰਾਂ ਤਾਂ ਇਦਾਂ ਹੀ ਆ ਰਹੀਆਂ ਆ ਤੇ ਮੈਂ ਕਿਹੜਾ ਵਿੱਚ ਬੈਠਾ ਸੀਗਾ ਜਿੱਦਾਂ ਸੌਂਦੇ ਆ ਉਦੋਂ ਪਤਾ ਲੱਗੀ ਜਾਂਦਾ ਤੇ ਇਹਨੂੰ ਵੀ ਲੈ ਕੇ ਨਿਗੇ ਆਏ ਹੈਗੇ ਹੈ ਇਹ ਵੀ ਟੈਲੀ ਫਾਲੋ ਹੋਇਆ ਇਹ ਵੀ ਪੰਜਾਬ ਰੋਡਵੇਜ ਦੀ ਬੱਸ ਹੈ ਵੀ ਜੇ ਤੂੰ ਚੜਨ ਨਾ ਲੱਗਾ ਦੁਨੀਆ ਦੀ ਮੰਨੀ ਪਰਮੰਨੀ ਇਹ ਲੈਂਦਾ ਲੁਕਸਤਾਂ ਸਾ ਜਰਮਨੀਆਂ ਦੀ ਬਾਰਡ ਉਤੇ ਪਹਿਲੇ ਨੰਬਰ ਤੇ ਆ ਠੀਕ ਨੇ ਤੇ ਉਹ ਉਹਦੇ ਵਿੱਚ ਇੰਡੀਆ ਨੂੰ ਆਉਣਾ ਸੀਗਾ ਠੀਕ ਹੈ ਕੰਨਹਿ ਤੇ ਫਿਰ ਚੁਕਰ ਕਰੋ ਕਿਤੇ ਪੱਗ ਨਹੀਂ ਇਹਦੀ ਲੱਗ ਗਈ ਹੈ ਜੇ ਕਿਤੇ ਪੱਗ ਲੱਗ ਜਾਂਦੀ ਤੇ ਕਿੰਨੀ ਬੇਇੱਜ਼ਤੀ ਹੋਣੀ ਸੀਗੀ ਠੀਕ ਹੈ ਕੰਨਹਿ ਫਿਰ ਘਰ ਵਾਲੀ ਕਾਸ਼ ਦੇ ਵਿੱਚ ਦੇ ਕੇ ਇਹਦੀ ਪੱਗ ਲੈ ਕੇ ਆਉਂਦੀ ਤੇ ਉਦੋਂ ਫਿਰ ਜਦੋਂ ਉੱਤਰਨਾ ਸੀ ਦਿੱਲੀ 에어ਪੋਰਟ ਤੇ ਇਮੀਗ੍ਰੇਸ਼ਨ ਨੇ ਕਿਹਾ ਸੀਗਾ ਸਰਦਾਰ ਜੀ ਤੇਰੀ ਸ਼ਕਲ ਨਹੀਂ ਜੀ ਮਿਲਦੀ ਹੈਗੀ ਤੁਸੀਂ ਪਹਿਲਾਂ ਦੇਖੋ ਪੱਗ ਬੰਨੀ ਹੋ ਤੇ ਹੁਣ ਤੁਸੀਂ ਆ ਮੋਨੇ ਆ ਤੁਹਾਡੀ ਜਿਹੜਾ ਪਾਸਪੋਰਟ ਦੇ ਫੋਟੋ ਨਹੀਂ ਮਿਲ ਰਹੀ ਠੀਕ ਹੈ ਨਹੀਂ ਤੇ ਪੱਗ ਕਿੱਥੇ ਆ ਤੁਹਾਡੀ ਤੇ ਇਦਾਂ ਦੇ ਫਿਰ ਕਹਿੰਦੇ ਆ ਪੱਗ ਜੀ ਮੇਰੀ ਵਾਈਫ ਨੇ ਕੱਸ਼ ਦੇ ਵਿੱਚ ਦਿੱਤੀ ਉਹ ਆ ਉਹਦੇ ਸਾਹਮਣੇ ਖੜੀ ਆ ਤੇ ਉਹ ਕਹਿੰਦੇ ਭਾਈ ਸਾਹਿਬ ਪੱਗ ਸਿਰ ਉੱਤੇ ਬੰਨਣ ਨੂੰ ਦਿੱਤੀ ਹੁੰਦੀ ਸਰਦਾਰਾਂ ਨੂੰ ਜਨਾਨੀ ਵਾਲੇ ਕੱਸ਼ ਵਿੱਚ ਰੱਖਣ ਨੂੰ ਨਹੀਂ ਦਿੱਤੀ ਹੁੰਦੀ ਠੀਕ ਹੈ ਨਹੀਂ ਤੇ ਆ ਜਨਾਨੀ ਦੇ ਕੱਸ਼ ਵਿੱਚ ਪੱਗਵਾ ਦਿੱਤੀ ਹੋਈ ਪੱਗ ਬੰਨ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਵਾਕਈ ਤੇਰੀ ਪੱਕ ਹੈ ਤੇ ਫਿਰ ਇਦਾਂ ਦੇ ਬੰਦਿਆਂ ਨੂੰ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਸਟੈਂਪ ਲਾਉਂਦੇ ਨੇ ਪਾਸਪੋਰਟ ਉੱਤੇ ਹੁਣ ਓਕੇ ਆ ਠੀਕ ਹੈ ਕਿ ਨਹੀਂ ਤੇ ਇਹ ਆਇਆ ਜਰਮਨੀ ਨੂੰ ਇੱਥੇ ਕੰਟੈਕਟ ਕਰਨ ਬੜ ਬੜੀਆਂ ਫਾਰਮਾਂ ਦੇ ਨਾਲ ਠੀਕ ਹੈ ਕਰ ਬੜ ਬੜੀਆਂ ਫਾਰਮਾਂ ਦੇ ਨਾਲ ਕੰਟੈਕਟ ਕਰਨ ਆਇਆ BMW ਦਾ ਪਲਾਂਟ ਪੰਜਾਬ ਦੇ ਵਿੱਚ ਲੱਗਣਾ ਚਾਹੀਦਾ ਠੀਕ ਹੈ ਕਿ ਨਹੀਂ ਸਾਡੇ ਪੰਜਾਬੀਆਂ ਨੂੰ ਕੰਮ ਮਿਲੇਗਾ ਬੇਰੁਜ਼ਗਾਰ ਨਹੀਂ ਪੰਜਾਬੀ ਬੰਦੇ ਉਹਨਾਂ ਨੂੰ ਕੰਮੰਮ ਦਿੱਤਾ ਜਾਊਗਾ ਤੇ BMW ਦੇ ਵਿੱਚ ਆ ਮੈਂ ਪਿੱਛੇ ਵੀਡੀਓ ਪਾਈ ਆ ਸੜਕ ਦਾ ਮੰਦਾ ਹਾਲ ਹੈ ਤੇ ਲੋਕੀ ਮੀਂਹ ਦੇ ਵਿੱਚ ਤੁਰ ਕੇ ਘਰੋਂ ਜਾਂਦੇ ਨੇ ਕੱਪੜੇ ਟਾਂਗ ਟਾਂਗ ਕੇ ਨੰਗ ਨਹੀਂ ਹੁੰਦਾ ਤੇ ਉਹ ਫਿਰ ਇਦਾਂ ਬੱਸਾਂ ਦੇ ਵਿੱਚ ਚੜ੍ਹ ਕੇ ਆਉਣਗੇ ਫਿਰ ਉਹ BMW ਦੇ ਵਿੱਚ ਜਾਣਗੇ ਕੰਮ ਕਰਨ ਫਾਰਮ ਦੇ ਵਿੱਚ ਠੀਕ ਹੈ ਤੇ ਪਹਿਲਾਂ ਸੜਕਾਂ ਸੁੜਕਾਂ ਦਾ ਬਣਾ ਬਣੂ ਲਵੋ ਤੇ ਫਿਰ ਪਲਾਂਟ ਬਾਅਦ ਦੇ ਵਿੱਚ ਲਾ ਲਿਓ ਤੇ ਗਰੀਬਾਂ ਦਾ ਮੈਨੂੰ ਯਾਰ ਪਹਿਲਾ ਬੰਦਾ ਆ ਇਹ ਜਿਹੜਾ ਗਰੀਬਾਂ ਦਾ ਸੋਚਦਾ ਆ ਅੱਗੇ 17 ਸਾਲਾਂ ਦੇ ਵਿੱਚ ਕਿਸੇ ਮਨਿਸਟਰ ਨੇ ਗਰੀਬਾਂ ਦਾ ਸੋਚਿਆ ਹੀ ਕੋਈ ਨਹੀਂਗਾ ਹੈਗਾ ਇਹ ਪਹਿਲਾ ਮਨਿਸਟਰ ਆ ਜਿਹਨੂੰ ਗਰੀਬਾਂ ਦੇ ਉੱਤੇ ਬਹੁਤ ਤਰਸ ਆਉਂਦਾ ਠੀਕ ਆ ਕਿ ਨਹੀਂ ਇਹ ਜਿੰਨੇ ਮਨਿਸਟਰ ਨੇ ਜੇ ਇੱਕ ਉਹਦੇ ਘਰ ਜਾਣ ਤਾਂ ਸਾੜੇ ਉਹਦੇ ਕੁੱਤਿਆਂ ਨੂੰ ਵੀ ਚੁੰਮਦੇ ਨੇ ਜਾ ਕੇ ਬਈ ਇਦਾਂ ਪੱਪੀਆਂ ਲੈਣਗੇ ਕੁੱਤਿਆਂ ਦੀਆਂ ਕਿਸੇ ਗਰੀਬ ਇਨਸਾਨ ਨੂੰ ਇਹਨਾਂ ਨੇ ਸਾੜਿਆਂ ਨੇ ਜੱਫੀ ਪਾ ਕੇ ਕਦੇ ਗਾਲ ਬੱਕਰੀ ਪਾ ਕੇ ਇਦਾਂ ਮੱਥਾ ਚੁੰਮਿਆ ਵੀ ਤੁਸੀਂ ਗਰੀਬ ਸਾਡੇ ਭਰਾ ਆ ਹੂੰ ਗਰਿਖੋ ਮੈਂ ਇਹਨਾਂ ਨੇ ਇਹਨਾਂ ਸਾਲਿਆਂ ਮੇਰਿਆਂ ਨੇ ਤੇ ਆ ਦੇਖੋ ਕੰਮ ਤੇ ਲੋਨ ਨੂੰ ਵੈਡਡੀਆਂ ਫਾਰਮਾਂ ਦੇ ਨਾਲ ਕੰਟੈਕਟ ਕਰਦਾ ਵੀ ਸਾਡੇ ਗਰੀਬ ਬੰਦਿਆਂ ਦਾ ਫਾਇਦਾ ਹੋਵੇਗਾ ਠੀਕ ਐ ਇੱਥੇ ਸ਼ੋਰੂਮ ਦੇ ਵਿੱਚ ਚਲੇ ਗਏ ਉਦੋਂ ਹੀ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਸਾਡੇ ਪਲਾਂਟ ਲਾ ਲਓ ਤੁਸੀਂ ਉਹਨਾਂ ਦੇ ਡੀਲਰਾਂ ਨੂੰ ਕਹਿੰਦਾ ਉਹ ਬੰਦੇ ਸੋਚਾਂਗੇ ਕੋਈ ਗੱਲ ਨਹੀਂ ਹੈ ਸ਼ੋਰੂਮ ਦੇ ਵਿੱਚ ਤੇ ਹੋਰ ਜਿਹੜੀਆਂ ਮਾਰ ਮੋਟੀਆਂ ਉਸ ਫਾਰਮਾਂ ਹੋਣਗੀਆਂ ਲੱਗਿਆ ਹੋਊਗਾ ਮੇਲਾ ਮੂਲਾ ਜਿਉਂ ਉਹਨਾਂ ਨਾਲ ਕੰਟੈਕਟ ਕੀਤਾ ਹੈ ਨਾ ਪੰਜਾਬ ਦੇ ਵਿੱਚ ਸਾਡੇ ਤੁਸੀਂ ਆਵੋ ਤੁਹਾਨੂੰ ਅਸੀਂ ਸੱਦਾ ਦਿੰਨੇ ਇਹ ਸੱਦਾ ਇਦਾਂ ਦਿੰਦੇ ਹੁੰਦੇ ਆ ਇਹ ਤਾਂ ਕੰਮ ਗਵਰਨਮੈਂਟ ਦਾ ਹੁੰਦਾ ਪ੍ਰਾਈਮ ਮਿਨਿਸਟਰ ਦਾ ਕੰਮ ਹੁੰਦਾ ਕੰਟੈਕਟ ਕਰਨਾ ਵੱਡੇ ਵੱਡੇ ਡਿਪਲੋਮੈਟ ਲਾਉਣੇ ਤੇ ਪੰਜਾਬ ਸਟੇਟ ਵਾਲਾ ਕਿਹੜਾ ਮੰਤਰੀ ਅੱਗੇ ਗਿਆ ਉੱਥੇ ਬਾਹਰ ਦੀਆਂ ਕੰਪਨੀਆਂ ਦੇ ਕੋਲ ਵੀ ਸਾਡੇ ਇੱਥੇ ਕੰਟੈਕਟ ਆਣ ਕੇ ਲਾਓ ਹੂੰ ਇਥੇ ਲਾਣ ਲੂਣ ਪੀ ਕੇ ਹਫ਼ਤਾ ਕਹੇ ਚੱਲੇ ਗਿਆ ਤੇ ਕਹਿੰਦਾ ਵੱਡੇ ਵੱਡੇ ਅਸੀਂ ਪਲਾਂਟ ਲਾਉਣੇ ਜਾਂਦਾ ਐਨੇ ਲਾਉਣੇ ਆ ਪਲਾਂਟ ਇਸ ਬੰਦੇ ਨੇ ਠੀਕ ਹੈ ਕਹਿੰਨੇ ਔਰ ਜਰਮਨ ਦੀਆਂ ਫਾਰਮਾਂ ਦੇ ਨਾਲ ਕੰਟਰੈਕਟ ਕਰਦਾ ਤੈਨੂੰ ਇੰਨਾ ਪਤਾ ਵੀ ਜਰਮਨ ਕਿਹੜੀ ਕੰਟਰੀ ਆ ਇੱਥੇ ਪਿੰਡ ਦੇਖਦਾ ਆਣ ਕੇ ਫਿਰ ਤੋਰ ਕੇ ਪਤਾ ਲੱਗਦਾ ਪਿੰਡਾਂ ਦੇ ਵਿੱਚ ਕਿਦਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਕੱਲੇ ਕੱਲੇ ਪਿੰਡ ਦੇ ਵਿੱਚ ਤੇ ਕਿਦਾਂ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਫੇਰ ਰਿਵਰ ਵਿੱਚ ਪਾਇਆ ਜਾਂਦਾ ਫੀਕਾ ਕਰਨੇ ਤੇ ਹੋਰ ਕੱਡੀਆਂ ਸਹੂਲਤਾਂ ਆ ਹਰੇਕ ਸਟਰੀਟ ਦੇ ਉੱਤੇ ਲਾਈਟਾਂ ਲੱਗੀਆਂ ਨੇ ਪਿੰਡਾਂ ਦੇ ਵਿੱਚ ਸੀਵਰੇਜ ਸਿਸਟਮ ਆ ਟਰೀ ਲੱਗੇ ਹੋਏ ਨੇ ਹਸਪੀਟਲ ਨੇ ਪੁਲਿਸ ਸਟੇਸ਼ਨ ਨੇ ਹਰ ਚੀਜ਼ ਤੇ ਤੂੰ ਇਹਨਾਂ ਦੀ ਰੀਸ ਕਰ ਸਕਦਾ ਜਿਹੜੀ ਕੰਟਰੀ ਦੇ ਵਿੱਚ ਤੂੰ ਆਇਆ ਤੈਨੂੰ ਇਹਨਾਂ ਦਾ ਪਤਾ ਇਹ ਤੇ ਇਹ ਜੇ ਤਿੰਨ ਨਿਆਣੇ ਹੋ ਜਾਣਾ ਕਿਸੇ ਬੰਦੇ ਦੇ ਸਾਡੇ ਪੰਜਾਬੀ ਦੇ ਜਾਂ ਹੋ ਜਿਹੜੇ ਮਰਜ਼ੀ ਦੇ ਹੋ ਜਾਣ ਉਹ ਬੰਦਾ ਕੰਮੇ ਨਹੀਂ ਕਰਦਾ ਹੈਗਾ ਜਿੰਨਾ ਕੰਮ ਕਰਕੇ ਪੈਸਾ ਮੈਣਾ 500 600 ਵੱਧ ਮਿਲਦਾ ਉਹ ਕੰਮੇ ਕਰਨਾ ਕੰਮ ਕਰਨੇ ਬੰਦ ਕਰ ਦਿੰਦਾ ਗਵਰਨਮੈਂਟ ਕੋਲ ਹੀ ਘਾਰੇ ਬਹਿ ਜਾ ਤੂੰ ਹੁਣ ਤੂੰ ਸਾਨੂੰ ਪਤਾ ਵਿੱਚ ਕੰਮ ਕਰਨਾ ਕੋਈ ਨਹੀਂਗਾ 3000 ਯਾਰ ਉਹ ਤੱਕ ਉਹਨੂੰ ਬਿੱਲੇ ਨੂੰ ਘਰ ਬੈਠਣ ਦੇ ਦਿੰਦੇ ਨੇ ਤੇ ਜੇ ਕੰਮ ਕਰੂਗਾ 18 ਹੁੰਨਗੇ 2000 ਤਨਖਾਹ ਹੋ ਜੀ ਇਹ ਸੋ ਤਾਂ ਉਹ ਜਨੀਆਂ ਵੀ ਦੇ ਦੂੰਗਾ ਗਰੀਬਾਂ ਨੂੰ ਪੈਨਸ਼ਨ ਤਾਂ ਸਾਰੇ ਤੁਸੀਂ ਬੁਢਿਆਂ ਦੀਆਂ ਬਾਪੂਆਂ ਦੀਆਂ 2 ਮਹੀਨੇ ਦੇ ਕੇ 5-500 ਰੁਪਏ ਬੰਦ ਕਰ ਦਿੰਦੇ ਦੋ ਦੋ ਸਾਲ ਲਈ। ਇਹ ਜਿਗਰਾ ਇਹਨਾਂ ਕੰਟਰੀਆਂ ਦਾ। ਠੀਕ ਹੈ ਕਿ ਨਹੀਂ? ਇਹਨਾਂ ਨੂੰ ਪਤਾ ਹੁਣ ਇਹਨਾਂ ਕੰਮ ਕਰਨਾ ਕੋਈ ਨਹੀਂ ਗਾ ਤੈਨ ਨੇ ਆਣੇ ਹੋ ਗਿਆ। ਬਸ ਕੋਈ ਗਾ ਨਹੀਂ ਦੇਈ ਜਾ ਉਹ ਪੈਸੇ ਨੂੰ। ਮੈਂ ਬੱਚਿਆਂ ਨੂੰ ਫ੍ਰੀ ਪਾਸ। ਬਿਜਲੀ ਬਿੱਲ ਮਾਫ ਪੂਰੇ ਮਕਾਨ ਫ੍ਰੀ ਰੋਟੀ ਪਾਣੀ ਲਈ ਪੈਸੇ। ਕਾਉਂਟਰ ਦੇ ਵਿੱਚ ਮਹੀਨੇ ਬਾਅਦ ਆਪ ਹੀ ਆ ਜਾਂਦੇ ਨੇ ਇੱਕ ਦਿਨ ਲੇਟ ਨਹੀਂ ਹੁੰਦੇ ਹੈਗੇ ਠੀਕ ਹੈ ਜੇ ਕਿਤੇ ਕੰਮ ਵਾਲੇ ਭੇਜ ਵੀ ਦੇਣਗੇ ਉਹਨੂੰ ਵੀ ਜਾ ਕੰਮ ਉੱਥੇ ਕਰ ਲਾ ਜਾ ਕੇ ਇੱਥੇ ਕੰਮ ਨਿਕਲਿਆ ਤੋਂ ਮੈਡੀਕਲ ਭੇਜ ਦਿੰਦਾ ਡਾਕਟਰ ਤੇ ਜਾ ਕੇ ਮੈਂ ਬਿਮਾਰ ਹਾਂ ਮੈਂ ਕੰਮ ਤੇ ਜਾ ਨਹੀਂ ਸਕਣਾ ਤੋ ਫਿਰ ਅੰਸ਼ੂਰਸ ਕੰਪਨੀ ਨੂੰ ਫੋਨ ਕਰਕੇ ਕਹਿੰਦੀ ਆ ਵੀ ਇਹ ਤੁਹਾਡੇ ਪੱਲੇ ਪਿਆ ਪਿਆ ਰਹਿਣ ਦਿਓ ਇਹ ਹੁਣ ਇੱਧਰ ਨੂੰ ਆਉਣ ਲੱਗ ਪਿਆ ਸਾਡੇ ਵੱਨ ਨੂੰ ਡਾਕਟਰ ਦੇ ਜਾਣ ਲੱਪੇ ਡਾਕਟਰ 2 2000 ਰੁਪਇਆ ਬਿੱਲ ਬਣਾਉਂਦਾ ਸਾਡਾ ਜਿਹੜਾ ਕਾਊਂਟ ਨਾਮ ਮਾਈਨਸ ਕਰੋ ਤੁਸੀਂ ਤੁਸੀਂ ਇੱਧਰ ਹੀ ਰੱਖੋ ਹੁਣ ਡਬਲ ਪਾਸਿਓ ਮਾਈਨਸ ਹੋਣ ਲੱਗ ਪਿਆ ਇੱਕ ਤੁਹਾਡਾ ਤੇ ਕਿਧਰੋਂ ਸਾਡਾ ਕੰਮ ਇਹਨੇ ਕਰਨਾ ਕੋਈ ਨਹੀਂਗਾ ਇੱਥੇ ਝਾਕਾ ਸੂਹਤ ਨਹੀਂ ਠੀਕ ਹੈਗਾ ਨਹੀਂ ਇਹਨੂੰ ਪੈਸੇ ਦਿੰਦੇ ਨੇ ਬੇਲਿਆਂ ਨੂੰ ਇਹ ਬੰਦਿਆਂ ਨੂੰ ਪਤਾ ਤੁਹਾਨੂੰ ਮਿਲੀਅਨ ਦੇ ਹਿਸਾਬ ਦੇ ਵਿੱਚ ਬੰਦਿਆਂ ਨੂੰ ਪੈਸੇ ਦਿੰਦੇ ਨੇ ਤੇ ਆ ਕੋਈ ਦਬਈ ਜਾਂ ਦੋਹਾ ਕਤਰ ਹਨਾ ਲੱਪਵੇ ਇਦਾਂ ਪੈਸਾ ਉਹਨਾਂ ਦੇ ਰਾਜ ਜਿਹੜੇ ਕਿੰਗ ਬਣੇ ਹੋਵਾਂ ਇਦਾਂ ਪੈਸਾ ਜਿੰਨੇ ਬੰਦੇ ਉੱਥੇ ਆਏ ਹੋ ਪੰਜਾਬੀ ਹੋਰ ਵੀ ਬੰਦੇ ਕੰਮ ਕਰਨ ਆਏ ਹੋ ਜਿੰਨੇ ਵੀ ਜੇ ਉਹਨਾਂ ਨੂੰ ਬੇਲਿਆਂ ਨੂੰ ਦਬਈ ਵਾਲੇ ਸ਼ੇਖ ਹਨਾ ਪੈਸੇ ਦੇਣ ਲਾਪਣ ਤਾਂ ਮੈਨੂੰ ਮਿਆਦ ਆ 3 ਮਨਥ ਨਿਕਲਣ ਲੱਗੇ ਉਹਨਾਂ ਦੇ ਬੈਂਕਾਂ ਦਾ ਪੈਸਾ ਜਿਹੜਾ ਸੋਨਾ ਸੋਨਾ ਜਮਾ ਕੀਤਾ ਤੇਲ ਦੇ ਖੂਆ ਪਤਾ ਨਹੀਂ ਲੱਗਣਾ ਕਿੱਧਰ ਚਲੇਗਾ ਅਰੇ ਲਾਲ ਜਾਂ ਪਰਨੇ ਡੱਬੀਆਂ ਵਾਲੇ ਬੰਨੀ ਫਿਰਦੇ ਨੇ ਨਾ ਉੱਤੇ ਆਹ ਪਟੀਆਂ ਹੀ ਆ ਪਾ ਕੇ ਤੇ ਇੰਡੀਆ ਦੇ ਕੋਪ ਪਾਣੀਆਂ ਬੀੜਾਂ ਜਿਹੜੀਆਂ ਮਗਾ ਕੇ ਉਹ ਬੰਨਣੀਆਂ ਪੈਣਗੀਆਂ ਸਨਾਂ ਦੇ ਉੱਤੇ ਨਾਲ ਇਹ ਪਰਨੇ ਪੁਰਨੇ ਪੁੱਲ ਜਾਣਗੇ ਠੀਕ ਐ ਇਹ ਪਤਾ ਨਹੀਂ ਕਿੰਨੇ ਕਿੰਨੇ ਸਾਲ ਤੱਕ ਦੁੰਦੇ ਨੇ ਅਜੂ ਉਕਰੇਨ ਦੇ ਬੰਦੇ ਆ ਪਤਾ ਨਹੀਂ ਕਿੰਨੇ ਲੱਖ ਬੰਦਾ ਇੱਥੇ ਆਇਆ ਹੋਟਲ 5 ਸਟਾਰ ਹੋਟਲਾਂ ਵਿੱਚ ਰੱਖੇ ਹੋਏ ਨੇ ਜਿੱਧਰੋਂ ਮਰਜ਼ੀ ਜਾਣ ਬਸ ਦਾ ਕੋਈ ਕਿਰਾਇਆ ਨਹੀਂ ਕੋਈ ਕੁਝ ਨਹੀਂ ਹੈਗਾ ਓਕੇ ਦੇ ਇਹ ਇਸ ਦਲੀਆ ਬੋਡੀਆਂ ਕੰਟੇਨਰ ਰੀਸ ਲਗਾਇਆ ਕਰਨ ਆਣ ਕੇ ਬਲਿਆ ਤੇਰੇ ਇਹੋ ਜਿਹੇ ਮਨਿਸਟਰ ਚਾਹੀਦੇ ਨੇ ਹੈ ਪੂਰੇ 772 ਸਾਲ ਦੇ ਵਿੱਚ ਕੋਈ ਮਨਿਸਟਰ ਗਰੀਬਾਂ ਬਾਰੇ ਨਹੀਂ ਸੋਚਿਆ ਇਹ ਤਾਂ ਸਾਰੇ ਆਪਣੇ ਆਪ ਹੀ ਸੋਚਦੇ ਨੇ ਹੂੰ ਗਰੀਬਾਂ ਦਾ ਇਹਨਾਂ ਨੇ ਕਿੱਥੋਂ ਸੋਚ ਲੈਣਾ ਤੁਸੀਂ ਆਪ ਤਾਂ ਪਹਿਲਾਂ ਅਮੀਰ ਹੋ ਜਾਓ ਗਰੀਬਾਂ ਦਾ ਤੁਸੀਂ ਕਰਨਾ ਹੀ ਕੋਈ ਨਹੀਂ ਇਹ ਗਰੀਬੇ ਹੀ ਆਏ ਆ ਤੇ ਗਰੀਬੇ ਉੱਤੇ ਨੂੰ ਚਲੇ ਜਾਣਗੇ ਤੁਹਾਡੇ ਦੇ ਕੋਈ ਆਸਾਂ ਨਹੀਂ ਸਾਨੂੰ ਹੈਗੀਆਂ ਠੀਕ ਹੈ ਜੀ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਬੰਦਿਆਂ ਦਾ ਤੇ ਇਹੋ ਜਿਹਾ ਮਨਿਸਟਰ ਬਣਾਓ ਤੁਸੀਂ ਲਾਰੇ ਲੱਪੇ ਇੱਧਰ ਕਰਦੇਗੇ ਆਹ ਕਰਦੇਗੇ ਕੁਝ ਨਹੀਂ ਹੋਣਾ ਤੁਹ ਕਿਹਨਾਂ ਦੇ ਅਸਲ ਰੱਖੇ ਆ ਮਤਾਂ ਨੂੰ ਇਹ ਬੰਦੇ ਆ ਪਾਰਟੀ ਆ ਵਾ ਪਾਰਟੀ ਆ ਤੁਹਾਡੇ ਅਕਾਊਂਟ ਦੇ ਵਿੱਚ 10-10 ਲੱਖ ਰੁਪਈਆ ਪਾ ਦੇਣਗੇ ਤੁਹਾਨੂੰ ਇਹ ਪਲਾਟ ਕੱਟ-ਕੱਟ ਕੇ ਮਕਾਨ ਬਣਾ ਕੇ ਦੇ ਦੇਣਗੇ ਇਹ ਕਿਸੇ ਵੀ ਮੰਤਰੀ ਮਨਸ਼ਟਰ ਨੇ ਕਿਸੇ ਨੇ ਨਹੀਂ ਦੇਣ ਤੁਹਾਨੂੰ ਠੀਕ ਹੈ ਕਿ ਨਹੀਂ ਇਹ ਤੁਸੀਂ ਭੁੱਲ ਜਾਈਓ ਓਕੇ ਇਹ ਪੰਜਾਬ ਤਰੱਕੀ ਕਰ ਚੁੱਕਾ ਜਿੰਨੇ ਕਾਰਨ ਨੇ ਇਹ ਤਾਂ ਬਾਤ ਨਹੀਂ ਹੋਣੀ ਹੈਗੀ ਤੁਹਾਡੀ ਜਿਹੜੀ ਸੋਚ ਹੈ ਜਿੱਥੇ ਤੱਕ ਇਹਨਾ ਮਨਿਸਟਰ ਵਾਲੀ ਆ ਸਾਨੂੰ ਪਤਾ ਇਹ ਤੇਰੱਕੀ ਕੁਝ ਨਹੀਂ ਕਰ ਸਕਦੇ 7-8 ਸਾਲ ਤੋਂ ਬਾਅਦ ਪੰਜਾਬ ਦਾ ਹਾਲ ਵੀ ਬਹੁਤ ਬੁਰਾ ਹੋਣਾ ਮੈਂ ਨੈਕਸਟ ਵੀਡੀਓ ਪਾਵਾਂਗਾ ਜਿਹਦੇ ਵਿੱਚ ਤੁਹਾਨੂੰ ਕੰਮ-ਕੁਮ ਕੋਈ ਨਹੀਂ ਮਿਲਣਾ ਭੌਲੋ ਜੇ ਤੁਸੀਂ ਇਹਨਾ ਮਨਿਸਟਰਾਂ ਤੇ ਇਤਿਆਸ ਨਾ ਰੱਖਿਓ ਇਹਨਾਂ ਨੇ ਬੰਦੇ ਬਣਨਾ ਕੋਈ ਨਹੀਂਗਾ ਤੇ ਤੁਹਾਡਾ ਕੰਮ ਚੱਲਣਾ ਕੋਈ ਨਹੀਂਗਾ ਠੀਕ ਹੈ ਕਣੇ ਇਹ ਬਾਹਲੀਆਂ ਕੰਪਨੀਆਂ ਲਵਾ ਕੇ ਇੱਥੇ ਫਿਰ ਇਹਨਾਂ ਦੇ ਮਨਿਸਟਰ ਜਿੱਦਾਂ ਉਹ ਕੀ ਸੀਗਾ ਕੋ ਡਾਕਟਰ ਡਾਕਟਰ 1% ਕਹਿੰਦਾ ਮੈਨੂੰ ਦਿੱਤਾ ਜਾਵੇ ਵਿੱਚੋਂ ਅਸਤੀਫਾ ਦੇ ਦਿੱਤਾ ਉਹਨੂੰ ਮੈਨੂੰ ਮੈਦ ਹੈ ਐ ਐਮਐਲ ਮਨਿਸਟਰ ਸੀ ਨਾ ਉਹਨੂੰ ਕੱਢ ਦਿੱਤਾ ਇਹਨਾਂ ਨੇ ਆਪਣੀ ਪਾਰਟੀ ਦੇ ਵਿੱਚੋਂ 1% ਕਹਿੰਦਾ ਮੈਨੂੰ ਚਾਹੀਦਾ ਸਾਲੇ ਪਹਿਲਾਂ ਕੱਡੇ-ਕੱਡੇ ਪੈਸੇ ਕੰਪੜਾ ਕੀਤਾ ਹੁੰਦਾ ਤੇ ਫਿਰ 1% ਮੰਗਦੇ ਨੇ ਦੇ ਫਿਰ ਤੇਰੇ ਬੰਦੇ ਜਿੰਨੇ ਵੀ ਹੈਗੇ ਨੇ 1-1% ਇਥੇ ਜਰਮਣ ਵਾਲੇ ਜਿੰਨੇ ਕੰਪਨੀ ਆਉਣਗੇ ਉਹਨਾਂ ਤੋਂ ਮੰਗਣਾ ਸ਼ੁਰੂ ਕਰ ਦੇਣਗੇ 1% ਸਾਨੂੰ ਦੇ 2% ਸਾਨੂੰ ਦੇ ਵਿੱਚੋਂ ਚੋਰ ਸਾਲੇ ਬੇਈਮਾਨ ਹਰਾਮੀ ਲਾ ਹਰਾਮੀਆਂ ਲਾਦਾਂ ਸਾਲੀਆਂ ਸਾਡੇ ਬੰਦਾ ਤਾਂ ਇਹਨਾਂ ਤੋਂ ਗੋਰਿਆਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਈਓ ਵੀ ਅਸੀਂ ਤਾਂ ਇਥੇ ਆਹ ਕੰਮ ਕਰਦੇ ਨੇ ਠੀਕ ਹੈ ਨਾ ਤੁਹਾਡੀਆਂ ਹਰਕਤਾਂ ਦਾ ਵੀ ਪਤਾ ਇਹਨਾਂ ਨੂੰ ਚੱਲੀ ਜਾਂਦਾ ਠੀਕ ਹੈ ਕਣ ਬਾਈ ਬਰੇ ਪੁਲਿਸ ਚੈੱਕ ਕਰਦੇ ਹੁੰਦੇ ਬੰਦੇ ਛੁਕਲ ਲਾ ਲੈਂਦੇ ਪੁਲਿਸ ਵਾਲਿਆਂ ਨਾਲ ਵੀ ਸਾਡੇ ਤਾਂ ਪੁਲਿਸ ਵਾਲੇ ਜੇ ਅਸੀਂ ਸ਼ਰਾਬ ਦੀ ਬੋਤਲ ਪਈ ਹੋਵੇ ਸ਼ੀਟ ਦੀ ਮੋਰਲੇ ਪਾਸੇ ਰੱਖੀ ਹੋਵੇ ਤਾਂ ਉਹ ਦੂਜੀ ਗਾਹ ਦਾ ਪਿਛਲਾ ਨਾਲ ਦੇਖ ਲਵੇ ਇੱਜਦੇ ਇਹਦੇ ਵਿੱਚ ਸਾਨੂੰ ਪੈਗ ਆਪਣੇ ਗਲਾਸ ਵਿੱਚ ਪਾ ਦੇਉ ਤੇ ਸ਼ੀਸ਼ੇ ਦੇ ਵਿੱਚ ਦੀ ਧੌਂ ਕਰਕੇ ਹਨ ਤੇ दारू ਪੀ ਲੈਂਦਾ ਠੀਕ ਹੈ ਕਹਨੇ ਸਾਡੇ ਕੋਲ ਕਾਗਜ਼ ਵੀ ਗੱਡੀ ਦੇ ਨਾ ਹੋਣ ਲਾਇਸੈਂਸ ਨਾ ਹੋਵੇ ਤਾਂ ਉਹਨਾਂ ਨੂੰ 2-300 ਰੁਪਏ ਦਿਓ ਕਿੰਨੇ 2-300 ਰੁਪਏ ਬਣਦਾ 7-8 ਐਰੋ ਬਣਦੇ ਹੁਣੇ ਠੀਕ ਹੈ ਨਹੀਂ ਉਹਨਾਂ ਨੂੰ ਦੇ ਦੇਈ ਰਿਹਾ ਫੇਰ ਕਹਿੰਦੇ ਕਾਗਜ਼ ਤੁਹਾਡੇ ਓਕੇ ਜੀ ਸਾਰੇ ਠੀਕ ਹੈ ਹੁਣ ਤੁਸੀਂ ਜਾ ਸਕਦੇ ਹੋ ਜੱਡੀ ਮਰਜੀ ਲੰਘਣ ਪੀਤਾ ਹੋਵੇ ਡਰਾਈਵਰ ਨੇ ਕਾਗਜ਼ ਹੈ ਜਾਂ ਕੋਈ ਨਹੀਂ ਹੈ ਇੰਸ਼ੋਰਸ ਹੈਗੀ ਆ ਉਹਨਾਂ ਨੂੰ 7-8 ਐਰੋ ਦੇ ਦੇਓ ਤੁਹਾਡੇ ਕਾਗਜ਼ ਬਣ ਗਏ ਜੀ ਤੁਹਾਡੇ ਹੁਣ ਚਲੇ ਜਾਓ ਹੁਣ ਤੁਸੀਂ ਜਾ ਸਕਦੇ ਐ ਇਹਨਾਂ ਨੂੰ ਪਤਾ ਹੈ ਤੁਹਾਡੀਆਂ ਹਰਕਤਾਂ ਦਾ ਸਾਰਾ ਠੀਕ ਹੈ ਪੁਲਿਸ ਵਾਲਿਆਂ ਦਾ ਤੁਹਾਡੇ ਜੱਜਾਂ ਦਾ ਤੁਹਾਡੇ ਜਿਹਨੇ ਹੋਰ ਮਹਿਕਮਿਆਂ ਨੇ ਸਾਰੇ ਪਤਾ ਤੇ ਦੁਖੀ ਹੋ ਕੇ ਪੰਜਾਬ ਤੋਂ ਬੰਦੇ ਇਧਰੋਂ ਆਉਂਦੇ ਨੇ ਤੇ ਬੇਸਾਨੂੰ ਸਾਡੀ ਮਾੜੀ ਮੋਟੀ ਲਾਈਫ ਉੱਤੇ ਸੂਤ ਆ ਜਵੇ ਤੇ ਤਾਂ ਇਧਰੋਂ ਏਜੰਟਾਂ ਨੂੰ ਪੈਸੇ ਦੇ ਕੇ ਇਹਨਾਂ ਕੰਟਰੀਆਂ ਦੇ ਵਿੱਚ 7-7 8-8 ਸਾਲ ੱੱਕੇ ਖਾ ਕੇ ਦਾ ਪੇਪਰ ਬਣਾਉਣੇ ਪੈਂਦੇ ਨੇ ਤੇ ਫੇਰ ਵੀ ਉਹ ਨਾਉ ਨਹੀਂ ਲੈਂਦੇ ਪੰਜਾਬ ਦਾ ਜਾ ਕੇ ਵੀ ਅਸੀਂ ਪੰਜਾਬ ਰਹੀਏ ਠੀਕ ਹੈ ਕਿ ਨਹੀਂ ਆਹ ਕੰਮ ਹੁੰਦੇ ਨੇ ਤੇ ਇਹ ਦਨੀਆਂ ਸਹੂਲਤਾਂ ਕਿੱਥੋਂ ਤੁਸੀਂ ਦੇ ਦੋਗੇ ਹੂੰ ਮੇਰਾ ਕਹਿਣਾ ਇੱਥੋਂ ਪੰਜਾਬੀ ਜਿੰਨੇ ਬੰਦੇ ਹੈਗੇ ਸਾਰੇ ਜਾਓ ਬਾਹਰ ਨੂੰ ਪੁਰਤਗਾਲ ਆਲ ਨੂੰ ਆ ਜਾਓ ਪੇਪਰ ਬਣਾਓ ਆਪਣਾ ਠੀਕ ਹੈ ਇੱਥੇ ਕੋਈ ਚੀਜ਼ ਨਹੀਂ ਰੱਖਿਆ ਨਾ ਨੌਕਰੀ ਮਿਲਣੀ ਨਾ ਤੁਹਾਡੇ ਲਾਇਸੈਂਸ ਹੀ ਹੋਣੇ ਇੱਥੇ ਤੁਹਾਨੂੰ 5-6 ਸਾਲ ਤੱਕੇ ਖਾ ਕੇ ਕੋਈ ਜ਼ਿੰਦਗੀ ਅਗਲੀ ਚੰਗੀ ਨਿਕਲ ਜਾਏਗੀ ਠੀਕ ਹੈ ਕਰੇ ਇਨ੍ਹਾਂ ਕੰਟਰੀਆਂ ਵਿੱਚ ਇੱਥੋਂ ਕੁਝ ਨਹੀਂ ਮਿਲਣਾ ਹੈ ਰਹਿਣਾ ਚੋਰਾਂ ਦੇ ਕੋਲ ਹਰ ਵਿਭਾਗ ਵਿੱਚ ਚੋਰਾਂ ਦਾ ਇੱਥੇ ਮਨੇ ਸ਼ਰੀਫਾਂ ਦਾ ਦੱਸ ਰਿਹਾ ਕਿਹੜਾ ਸ਼ਰੀਫਾਂ ਦਾ ਹੈ ਆ ਬਾਬੇ ਸਾਲੇ ਦੀ ਸ਼ਰੀਫ ਹੁੰਦੇ ਤੇ ਸਾਡੇ ਖੋ ਚੋਰ ਨੇ ਕ੍ਰਿਮੀਨਲ ਨੇ ਬਾਬੇ ਜੀ ਨੇ ਵੀ ਹੈਗੇ ਨੇ ਠੀਕ ਹੈ ਕਹਿੰਦੇ ਕ੍ਰਿਮੀਨਲ ਨੇ ਠੀਕ ਹੈ ਤੇ ਲੋਕ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੈ ਇਹਦਾ ਤੋਂ ਧੰਨਵਾਦ ਕਰਦਾ ਓਕੇ ਬਾਲ ਲੈ ਲੋ ਇਨਸਾਨ ਇਹ ਲੋਕਾਂ ਨੂੰ ਕਹਾਣੀਆਂ ਹੀ ਸੁਣਾਈ ਗਿਆ ਇਹਨੇ ਬਾਣੀ ਸੁਣਾਈ ਕੋਈ ਨਹੀਂ ਕੀ ਇਹ ਬਾਣੀ ਸੁਣੋ ਇਹਦੀ ਗੋਗੜ ਨਾ ਬਾਧਦੀ ਠੀਕ ਹੈ ਕਾ ਨਹੀਂ ਸੁਣਾ ਲੈ ਕਹਿੰਦੇ ਆ ਵੀ ਜਿਹੜਾ ਜ਼ਿਆਦਾ ਖਾਣਾ ਖਾਵੇ ਪਸ਼ੂਆਂ ਦੇ ਬਰਾਬਰ ਹੀ ਹੁੰਦਾ ਆ ਉਹ ਇਹਦਾ ਹਾਲ ਵਾ ਹੁਣ ਆ ਦੇਖ ਲਓ ਤੁਸੀਂ ਬੈਠਕਾਂ ਕੱਢਣ ਲੱਗਾ ਆ ਅਜੇ ਲੋ ਲੱਤਾਂ ਬਿੰਗੀਆਂ ਜੀਆਂ ਹੋ ਗਈਆਂ ਤੇ ਬੈਠਕਾਂ ਕੱਢਣ ਲੱਗ ਪਿਆ ਹੂੰ ਉਹ ਇਸੇ ਤੇ ਬਣਾਉਂਦਾ ਆ